ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਕਰਦਾ ਹਾਂ ਤੁਹਾਡਾ ਸਾਰਿਆਂ ਦਾ ਮੀਤ ਅਕੈਡਮੀ ਦੇ ਅਫੀਸ਼ੀਅਲ YouTube ਚੈਨਲ ਤੇ ਅੱਜ ਤੁਹਾਡੇ ਲਈ ਬਹੁਤ ਹੀ ਵਧੀਆ ਰਿਕਰੂਟਮੈਂਟ ਅਪਡੇਟ ਲੈ ਕੇ ਆਇਆ ਹਾਂ ਜੋ ਕਿ ਪੰਜਾਬ ਵੱਲੋਂ ਕੱਢ ਦਿੱਤਾ ਗਿਆ ਹੈ ਜੀ ਪੰਜਾਬ ਦੇ ਕੈਂਡੀਡੇਟ ਜਿਹੜੇ ਨੇ ਉਹ ਸਾਰੇ ਐਲੀਜੀਬਲ ਹੋਣਗੇ ਅਪਲਾਈ ਕਰ ਸਕਣਗੇ ਕਿੱਦਾਂ ਅਪਲਾਈ ਕਰਨਾ ਹੈ ਕਿੱਥੋਂ ਤੁਹਾਨੂੰ ਨੋਟੀਫਿਕੇਸ਼ਨ ਲਿੰਕ ਮਿਲੇਗਾ ਉਹ ਪ੍ਰੋਪਰ ਇਨਫੋਰਮੇਸ਼ਨ ਤੁਹਾਨੂੰ ਅੱਜ ਦੀ ਇਸ ਵੀਡੀਓ ਵਿੱਚ ਦਵਾਂਗਾ ਸੋ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਜੀ ਫਰਸਟ ਟਾਈਮ ਤੁਸੀਂ ਸਾਡੇ ਚੈਨਲ ਤੇ ਆ ਰਹੇ ਹੋ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਔਰ ਨਾਲ ਦੀ ਨਾਲ ਬੈਲ ਸਮਰਾਨ ਦੇ ਤੁਸੀਂ ਇਹਦੇ ਲਈ ਵੀ ਐਲੀਜੀਬਲ ਹੋ ਤੇ ਅਪਲਾਈ ਕਰ ਪਾਉਂਗੇ ਸੋ ਤੁਹਾਡੇ ਤੱਕ ਸਾਰੇ ਹੀ ਇਨਫੋਰਮੇਸ਼ਨ ਜਿਹੜੀ ਹੈ ਜੀ ਪਹੁੰਚਦੀ ਰਹੇਗੀ ਟਾਈਮਸ ਤੇ ਤੁਸੀਂ ਸਾਡੀ ਵੈਬਸਾਈਟ ਨੂੰ ਸਬਸਕ੍ਰਾਈਬ ਕਰ ਲੈਣਾ ਹੈ ਉਹਦੇ ਲਈ ਸਿੰਪਲੀ ਤੁਸੀਂ ਜਾਣਾ Google ਦੇ ਵਿੱਚ ਟਾਈਪ ਕਰਨਾ ਹੈ ਜੀ meetacademy.xyz ਉਥੋਂ ਤੁਹਾਨੂੰ ਸਾਰੇ ਹੀ ਜੌਬ ਰਿਲੇਟਿਡ ਅਪਡੇਟ ਜਿਹੜੇ ਨੇ ਮਿਲ ਜਾਣਗੇ ਅਸੀਂ ਹਰ ਆਰਲੀ ਬੇਸਿਸ ਤੇ ਨੋਟੀਫਿਕੇਸ਼ਨ ਉੱਥੇ ਅਪਡੇਟ ਕਰਦੇ ਹਾਂ ਜਿਹੜੇ ਵੀ ਨੋਟੀਫਿਕੇਸ਼ਨ ਆਊਟ ਹੁੰਦੇ ਨੇ ਪੰਜਾਬ ਦੇ ਕੈਂਡੀਡੇਟਸ ਦੇ ਲਈ ਸੋ ਤੁਸੀਂ ਉਥੋਂ ਡੈਡੀਕੇਟਿਡ ਪੰਜਾਬ ਦੀਆਂ ਵੈਕੈਂਸੀਸ ਦੇ ਅਪਡੇਟ ਲੈ ਸਕਦੇ ਹੋ 올 ਇੰਡੀਆ ਵੈਕੈਂਸੀਸ ਦੇ ਸੈਂਟਰ ਜਾਂ ਸਟੇਟ ਵੱਲੋਂ ਵ ਕਲਦੇ ਨੇ ਉਹ ਵੀ ਅਪਡੇਟ ਲੈ ਸਕਦੇ ਹੂੰ ਤੁਸੀਂ ਕਿਸੇ ਗਵਰਨਮੈਂਟ ਜੌਬ ਦੀ ਵੀ ਤਿਆਰੀ ਕਰ ਰਹੇ ਹੋ ਉਹਦੇ ਲਈ ਬੈਸਟ ਸਟੱਡੀ ਮਟੀਰੀਅਲ ਇਸ ਵੀਡੀਓ ਡਿਸਕ੍ਰਿਪਸ਼ਨ ਬਾਕਸ ਅਵੇਲੇਬਲ ਹੈ ਜੀ ਤੁਸੀਂ ਉੱਥੇ ਡਾਊਨਲੋਡ ਕਰਕੇ ਆਪਣੀ ਤਿਆਰੀ ਜਿਹੜੀ ਹੈ ਉਹ ਪੱਕੀ ਕਰ ਸਕਦੇ ਹੋ ਤੇ ਚਲੋ ਹੁਣ ਮੈਂ ਤੁਹਾਨੂੰ ਲੈ ਚੱਲਦਾ ਜੀ ਰਿਕਰੂਟਮੈਂਟ ਅਪਡੇਟ ਦੇ ਉੱਪਰ ਤੇ ਉੱਥੇ ਜਾ ਕੇ ਬਾਕੀ ਦੀ ਇਨਫੋਰਮੇਸ਼ਨ ਤੁਹਾਡੇ ਨਾਲ ਸ਼ੇਅਰ ਕਰ ਦਿੰਦਾ ਜੀ ਇਹਦੇ ਲਈ ਤੁਸੀਂ ਆਨਲਾਈਨ ਅਪਲਾਈ ਕਰਨਾ ਹੋਵੇਗਾ ਜੀ ਇਸ ਦੇ ਵਿੱਚ ਅੱਗੇ ਮੈਂ ਤੁਹਾਨੂੰ ਡਿਟੇਲ ਚ ਦੱਸਾਂਗਾ ਕਿਹੜੀ ਵੈਕੈਂਸੀਜ਼ ਆਊਟ ਹੋਈਆਂ ਨੇ ਸਭ ਤੋਂ ਪਹਿਲਾਂ ਤੁਸੀਂ ਇਹ ਗੂਗਲ ਸ਼ੀਟ ਦੇਖ ਪਾ ਰਹੇ ਹੋ ਇਹਦਾ ਲਿੰਕ ਮੈਂ ਡਿਸਕ੍ਰਿਪਸ਼ਨ ਚ ਦੇ ਦਵਾਂਗਾ ਤੁਸੀਂ ਉਹਨੂੰ ਕਾਪੀ ਕਰਕੇ ਬ੍ਰਾਊਜ਼ਰ ਦੇ ਵਿੱਚ ਪੇਸਟ ਕਰਕੇ ਓਪਨ ਕਰ ਲੈਣਾ ਹੈ ਇਹਨੂੰ ਤੁਸੀਂ ਫਿਲ ਕਰਨਾ ਹੈ ਇੱਥੇ ਆਪਣੀ ਈਮੇਲ ਆਈਡੀ ਭਰਨੀ ਹੈ ਤੁਸੀਂ ਦੈਨ ਨੇਮ ਭਰਨਾ ਹੈ ਜੀ ਉਸ ਤੋਂ ਬਾਅਦ ਤੁਸੀਂ ਕੰਟੈਕਟ ਨੰਬਰ ਆਪਣਾ ਜਿਹੜਾ ਵਰਕਿੰਗ ਕੰਡੀਸ਼ਨ ਚ ਹੈ ਉਹ ਪਾ ਦੇਣਾ ਜੀ ਈਮੇਲ ਆਈ ਡੀ ਪਰੰਤੂ ਬਾਅਦ ਤੋਂ ਕੋਈ ਐਕਸਪੀਰੀਅੰਸ ਹੈਗਾ ਤੁਸੀਂ ਉਹ ਲਿਖ ਸਕਦੇ ਹੋ ਜੀ ਇੱਥੇ ਠੀਕ ਹੈ ਜੀ ਬ੍ਰਾਂਚ ਜਿਹੜੀ ਤੋਂ ਤੁਸੀਂ ਕੀਤਾ ਹੋਇਆ ਹੈ ਉਹ ਤੁਸੀਂ ਉਹ ਆਪਣੀ ਡਿਗਰੀ ਲਿਖ ਸਕਦੇ ਹੋ ਠੀਕ ਹੈ ਜੀ ਕਿਹਦੇ ਵਿੱਚ ਤੁਹਾਨੂੰ ਇੰਟਰਸਟਡ ਹੈ ਤੁਸੀਂ ਉਹ ਲਿਖ ਸਕਦੇ ਹੋ ਐਕਸਪੀਰੀਅੰਸ ਤੁਹਾਡਾ ਕਿੰਨਾ ਤੁਸੀਂ ਉਹ ਲਿਖ ਸਕਦੇ ਹੋ ਜੀ ਠੀਕ ਹੈ ਜੀ ਉਸ ਤੋਂ ਬਾਅਦ ਰੈਜ਼ਿਊਮ ਆਪਣਾ ਇੱਕ ਅਟੈਚ ਕਰੋਗੇ ਤੁਸੀਂ ਇੱਥੇ ਔਰ ਇੱਥੇ ਤੁਸੀਂ ਸਬਮਿਟ ਜਿਹੜਾ ਹੈ ਜੀ ਇਹਨੂੰ ਕਰ ਦੇਣਾ ਹੁਣ ਅਸੀਂ ਗੱਲ ਕਰ ਲੈਣੇ ਇਹਦੇ ਵਿੱਚ ਵੈਕੈਂਸੀਸ ਕਿਹੜ ਇਹ ਨੋਟੀਫਿਕੇਸ਼ਨ ਜਿਹੜਾ ਹੈ ਜੀ ਯੂਨੀਵਰਸਿਟੀ ਇੰਸਟੀਚਿਊਟ ਆਫ ਇੰਜੀਨੀਅਰਿੰਗ ਐਂਡ ਟੈਕਨੋਲੋਜੀ ਵੱਲੋਂ ਜੋ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ਆਊਟ ਕੀਤਾ ਗਿਆ ਹੈ ਜੀ ਇਸ ਦੇ ਵਿੱਚ ਅਗਰ ਮੈਂ ਗੱਲ ਕਰਾਂ ਇਹ ਐਡਵਰਟਾਈਜ਼ਮੈਂਟ ਜਿਹੜੀ ਆਊਟ ਕੀਤੀ ਗਈ ਹੈ ਇੰਟਰਨ ਦੀ ਵੈਕੈਂਸੀਜ਼ ਲਈ ਆਊਟ ਕੀਤੀ ਗਈ ਹੈ ਨੇ ਜਿਹਦੇ ਵਿੱਚ ਇਹ ਟੈਲੀਕਮਿਊਨੀਕੇਸ਼ਨ ਰਿਸਰਚ ਲੈਬ ਜੋ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ਓਪਰਚ्युनिटी ਪ੍ਰੋਵਾਈਡ ਕੀਤੀ ਜਾ ਰਹੀ ਹੈ ਅੰਡਰਗ੍ਰੈਜੂਏਟ ਕੈਂਡੀਡੇਟਸ ਨੂੰ ਜਿਹੜੇ ਕਿ ਇੰਟਾਇਰਜ਼ ਆ ਇੰਟਰਨ ਕੰਮ ਕਰ ਸਕਦੇ ਨੇ ਠੀਕ ਹੈ ਜੀ ਇਸ ਦੇ ਵਿੱਚ ਉਹ ਕਮਿਊਨੀਕੇਸ਼ਨ ਟੈ ਵੀ ਸਾਰੀ ਡਿਟੇਲਸ ਇੱਥੇ ਮੈਂਸ਼ਨ ਕੀਤੀਆਂ ਹੋਈਆਂ ਨੇ ਸੋ ਉਸ ਚੀਜ਼ ਦੇ ਵਿੱਚ ਹੋਰ ਤੁਹਾਡਾ ਕੰਮ ਜਿਹੜਾ ਹੈ ਤੁਹਾਡਾ ਦੇਖਿਆ ਜਾਏਗਾ ਕਰਵਾਇਆ ਜਾਏਗਾ ਤੁਹਾਡੇ ਕੋਲ ਇਹਦਾ ਡਿਊਰੇਸ਼ਨ ਜਿਹੜਾ ਇੰਟਰਨਸ਼ਿਪ ਦਾ ਹੈਗਾ ਇਨੀਸ਼ੀਅਲੀ 6 ਮਹੀਨੇ ਦਾ ਰਹੇਗਾ ਠੀਕ ਹੈ ਜੀ ਉਸ ਤੋਂ ਬਾਅਦ ਇਹ ਕੰਟੀਨਿਊ ਵੀ ਕੀਤਾ ਜਾ ਸਕਦਾ ਹੈ ਸੋ ਪ੍ਰੋਜੈਕਟ ਜਦ ਤੱਕ ਰਹਿੰਦਾ ਹੈ ਸੋ ਉਸ ਦੇ ਵਿੱਚ ਤੁਹਾਨੂੰ ਜਿਹੜੀ ਇੰਟਰਨਸ਼ਿਪ ਅਮਾਉਂਟ ਹੈ 5000 ਰੁਪਏ ਪਰ ਮਹੀਨਾ ਦਿੱਤੀ ਜਾਏਗੀ ਬੀਈ ਬੀਟੈਕ ਕੁਆਲਿਟੀ ਦੇ ਕੈਂਡੀਡੇਟ ਨੇ 올 ਬ੍ਰਾਂਚੇਸ ਵਾਲੇ ਜਿਹਨਾਂ ਨੇ ਕਿਸੇ ਵੀ ਸਮੈਸਟਰ ਵਿੱਚ ਕੰਮ ਕਰ ਰਹੇ ਨੇ ਪੜ ਰਹੇ ਨੇ ਉਹ ਸਟੂਡੈਂਟ ਇਸ ਦੇ ਲਈ ਐਲੀਜੀਬਲ ਨੇ ਅ ਔਰ ਲੇਡੀ ਦੱਸ ਚੁੱਕਾ 4 ਅਪ੍ਰੈਲ ਤੱਕ ਤੁਸੀਂ ਅਪਲਾਈ ਕਰ ਸਕਦੇ ਹੋ ਇਹ ਉਹ ਲਿੰਕ ਹੈ ਜੀ ਗੂਗਲ ਸ਼ੀਟ ਦਾ ਔਰ ਸਿਰਫ ਪੰਜਾਬ ਯੂਨੀਵਰਸਿਟੀ ਦੇ ਸਟੂਡੈਂਟ ਜਿਹੜੇ ਨੇ ਉਹ ਇਹਦੇ ਲਈ ਅਪਲਾਈ ਕਰ ਸਕਦੇ ਨੇ ਸੋ ਤੁਸੀਂ ਅਪਲਾਈ ਕਰ ਲੈਣਾ ਜੀ ਸ਼ਾਰਟਲਿਸਟਡ ਕੈਂਡੀਡੇਟ ਨੂੰ ਇਨਫੋਰਮ ਕੀਤਾ ਜਾਏਗਾ ਇੰਟਰਵਿਊ ਦੇ ਫੋਨ ਈਮੇਲ ਦੇ ਥਰੂ ਜਾਂ ਫੋਨ ਨੰਬਰ ਦੇ ਥਰੂ ਸੋ ਇਹ ਕੈਂਡੀਡੇਟ ਜਿਹੜੇ ਐਲੀਜੀਬਲ ਨੇ ਪੰਜਾਬ ਯੂਨੀਵਰਸਿਟੀ ਚ ਪੜ ਰਹੇ ਨੇ ਉਹ ਇਹਦੇ ਲਈ ਜ਼ਰੂਰ ਅਪਲਾਈ ਕਰ ਲੈਣ ਜੀ ਇਹ ਕਾਫੀ ਵਧੀਆ ਹੈ ਉਹਨਾਂ ਨੂੰ ਐਕਸਪੀਰੀਅੰਸ ਜਿਹੜਾ ਜੀ ਮਿਲ ਜਾਏਗਾ ਕੰਮ ਦਾ ਜਿਹੜੇ ਵੀ ਬ੍ਰਾਂਚ ਦੇ ਉਹ ਕੰਮ ਪੜ ਰਹੇ ਨੇ ਜਾਂ ਬੀਟੈਕ ਕਰ ਰਹੇ ਨੇ ਜਾਂ ਡਿਗਰੀ ਕਰ ਰਹੇ ਨੇ ਸੋ ਉਹਨਾਂ ਨੂੰ ਇਹਦੇ ਵਿੱਚ ਐਕਸਪੀਰੀਅ ਖੇਤਰ ਦਾ ਕੋਈ ਡਾਊਟ ਹੋਏਗਾ ਜ਼ਰੂਰ ਕਮੈਂਟ ਕਰਕੇ ਦੱਸਣਾ ਜੀ اے ਸੀ ਦਾ ਅੱਜ ਦਾ ਨੋਟੀਫਿਕੇਸ਼ਨ ਜਿਹੜਾ ਕਿ ਇੰਟਰਨ ਦਾ ਪੰਜਾਬ ਯੂਨੀਵਰਸਿਟੀ ਵੱਲੋਂ ਆਊਟ ਕੀਤਾ ਗਿਆ ਸੋ ਮਿਲਾਂਗਾ ਨਵੇਂ ਨੋਟੀਫਿਕੇਸ਼ਨ ਦੇ ਨਾਲ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਦੇ ਲਈ ਧੰਨਵਾਦ